ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਹੈਲਥ ਐਜੂਕੇਸ਼ਨ ਦੇ ਵਿੱਚ। ਹਾਰਟ ਵਾਲੇ ਪੇਸ਼ੈਂਟ ਨੂੰ ਕਦੋਂ ਪਤਾ ਲੱਗੇ ਵੀ ਮੈਂ ਹਾਰਟ ਦਾ ਪੇਸ਼ੈਂਟ ਹਾਂ? ਇਹ ਬਹੁਤ ਕਾਮਨ ਕੁਐਸਚਨ ਹੈਗਾ। ਹਰ ਬੰਦਾ ਚਾਹੁੰਦਾ ਹੈਗਾ ਕਿ ਉਹਨੂੰ ਹਾਰਟ ਦੀ ਬਿਮਾਰੀ ਹੋਣ ਤੋਂ ਪਹਿਲੇ ਪਤਾ ਲੱਗ ਜਾਏ ਕਿ ਹਾਰਟ ਦੀ ਬਿਮਾਰੀ ਹੈਗੀ, ਪਹਿਲੀ ਗੱਲ। ਦੂਜੀ ਗੱਲ, ਘੱਟੋ ਘੱਟ ਜੇ ਬਿਮਾਰੀ ਹੈਗੀ ਤੇ ਉਹਨੂੰ ਅਵੇਅਰਨੈਸ ਹੋਵੇ ਕਿ ਹਾਂ ਮੈਨੂੰ ਬਿਮਾਰੀ ਹੋ ਰਹੀ ਹੈਗੀ। ਸਭ ਤੋਂ ਪਹਿਲੇ ਤਾਂ ਜਿਹੜੇ ਪੇਸ਼ੈਂਟਸ ਹੈਗੇ ਹਾਰਟ ਦੇ, ਇੱਕ ਸਟੇਜ ਹੁੰਦੀ ਹੈ ਜਦਕਿ ਜੋ ਅਸੀਂ ਸਭ ਕਲੀਨਿਕਲ ਕਹਿੰਦੇ ਹਾਂ, ਜਿੱਥੇ ਕਿ ਕੋਈ ਲੱਛਣ ਨਹੀਂ ਹੈਗੇ ਹਾਰਟ ਦੀ ਬਿਮਾਰੀ ਦੇ, ਲੇਕਿਨ ਅੰਦਰ ਅੰਦਰ ਹਾਰਟ ਦੀ ਬਿਮਾਰੀ ਸ਼ੁਰੂ ਹੋ ਚੁੱਕੀ ਹੈਗੀ। ਉਹਦੇ ਬਾਅਦ ਉਹ ਟਾਈਮ ਆਉਂਦਾ ਹੈਗਾ ਜਦਕਿ ਪੇਸ਼ੈਂਟ ਨੂੰ ਜਿਹੜੇ ਹੈਗੇ ਹਾਰਟ ਦੀ ਬਿਮਾਰੀ ਦੇ ਲੱਛਣ ਸ਼ੁਰੂ ਹੋ ਜਾਂਦੇ ਹੈਗੇ। ਇਹਦੇ 'ਚ ਹੈਗਾ ਕਿ ਛਾਤੀ 'ਚ ਦਰਦ ਹੋ ਸਕਦਾ ਹੈਗਾ, ਜਲਨ ਹੋ ਸਕਦੀ ਹੈਗੀ, ਘੁੱਟਣ ਹੋ ਸਕਦੀ ਹੈਗੀ, ਅਤੇ ਇਹ ਜਿਹੜੀ ਤਕਲੀਫ ਹੈਗੀ ਇਹ ਛਾਤੀ ਦੇ ਇਲਾਵਾ ਗਲੇ 'ਚ ਆ ਸਕਦੀ ਹੈਗੀ, ਜਵਾੜੇ 'ਚ ਆ ਸਕਦੀ ਹੈਗੀ, ਬਾਹਾਂ 'ਚ ਆ ਸਕਦੀ ਆ, ਮੋਢਿਆਂ 'ਚ ਆ ਸਕਦੀ ਹੈਗੀ, ਅਤੇ ਪੇਟ ਦੇ ਉਤਲੇ ਹਿੱਸੇ 'ਚ ਆ ਸਕਦੀ ਹੈਗੀ। ਅਤੇ ਪਹਿਲੇ ਜਿਹੜਾ ਹੈਗਾ ਇਹ ਲੱਛਣ ਜਿਹੜੇ ਹੈਗੇ ਇਹ ਪੇਸ਼ੈਂਟ ਦੇ ਐਗਜ਼ਰਸ਼ਨ ਦੇ ਨਾਲ, ਜ਼ਿਆਦਾ ਤੇਜ਼ ਚੱਲਣ ਜਾਂ ਭੱਜਣ ਦੇ ਨਾਲ ਹੁੰਦੇ ਹੈਗੇ। ਹੌਲੀ ਹੌਲੀ ਤੇਜ਼ ਚੱਲਣ ਨਾਲ ਹੋ ਜਾਂਦੇ ਆ, ਫਿਰ ਆਮ ਰਫ਼ਤਾਰ 'ਤੇ ਚੱਲਣ ਨਾਲ ਹੋ ਜਾਂਦੇ ਹੈਗੇ। ਜੇ ਬਿਮਾਰੀ ਹੋਰ ਵੱਧਦੀ ਹੈਗੀ ਤਾਂ ਪੇਸ਼ੈਂਟ ਦੇ ਰੋਜ਼ਮਰ੍ਹਾ ਦੇ ਕੰਮ ਕਾਜ ਦੇ ਵਿੱਚ ਮੈਂ ਨਹਾਉਣਾ ਹੈਗਾ, ਕੱਪੜੇ ਪਾਉਣੇ ਹੈਗੇ, ਉਹਦੇ ਸ਼ੁਰੂ ਹੋ ਜਾਂਦੀ ਹੈਗੀ। ਅਤੇ ਫਿਰ ਇੱਕ ਇਸ ਇਹੀ ਸਟੇਜ ਵੀ ਆ ਜਾਂਦੀ ਹੈਗੀ ਜਦਕਿ ਪੇਸ਼ੈਂਟ ਦੇ ਬੈਠੇ ਬੈਠੇ ਵੀ ਇਹ ਪ੍ਰੋਬਲਮ ਆ ਸਕਦੀ ਹੈਗੀ, ਇਹ ਲੱਛਣ ਆ ਸਕਦੇ ਹੈਗੇ। ਇਹਦੇ ਇਲਾਵਾ ਪੇਸ਼ੈਂਟ ਨੂੰ ਪਸੀਨਾ ਆ ਸਕਦਾ, ਦਿਲ ਦੀ ਧੜਕਣ ਹੋ ਸਕਦੀ ਹੈਗੀ, ਸਾਹ ਚੜ ਸਕਦਾ ਹੈਗਾ, ਇਹ ਸਭ ਲੱਛਣ ਹੈਗੇ ਹਾਰਟ ਦੀ ਬਿਮਾਰੀ ਦੇ। ਕਈ ਵਾਰ ਸਾਨੂੰ ਛਾਤੀ 'ਚ ਜਦੋਂ ਦਰਦ ਹੁੰਦਾ ਤੇ ਸਾਨੂੰ ਆਮ ਮਤਲਬ ਇਹ ਹੁੰਦਾ ਵੀ ਇਹ ਪਤਾ ਨਹੀਂ ਤੇਜ਼ਾਬ ਦਾ ਦਰਦ ਹੀ ਆ, ਅਸੀਂ ਐਂਟੀ ਐਸਿਡ ਵਗੈਰਾ ਲੈ ਲੈਂਦੇ ਹਾਂ ਔਰ ਹੋਰ ਕਰ ਲੈਂਦੇ ਹਾਂ, ਕੀ ਇਸੇ ਦਾ ਮਤਲਬ ਜਦੋਂ ਛਾਤੀ ਦੇ ਕੋਲੇ ਸਾਡਾ ਦਰਦ ਹੈ ਤਾਂ ਸਾਨੂੰ ਸੀਰੀਅਸਲੀ ਲੈਣਾ ਚਾਹੀਦਾ ਤੇ ਸੋਚ ਲੈਣਾ ਚਾਹੀਦਾ ਵੀ ਹੋ ਸਕਦਾ ਵੀ ਇਹ ਹਾਰਟ ਦੇ ਨਾਲ ਵੀ ਸੰਬੰਧ? ਛਾਤੀ ਦੇ ਹਰ ਦਰਦ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈਗਾ, ਲੇਕਿਨ ਜਿਵੇਂ ਤੁਸੀਂ ਕਿਹਾ ਹੈਗਾ ਐਸੀਡਿਟੀ ਨਾਲ ਵੀ ਹੋ ਸਕਦਾ ਹੈਗਾ ਇਹ ਪ੍ਰੋਬਲਮ। ਜਿਹੜਾ ਐਸੀਡਿਟੀ ਦੇ ਨਾਲ ਹੈਗਾ ਉਹ ਮਰੀਜ਼ ਦੇ ਚੱਲਣ ਦੇ ਨਾਲ ਨਹੀਂ ਕੋਈ ਤਾਲੁਕ ਰੱਖੂਗਾ। ਜਿਹੜਾ ਐਨਜਾਈਨਾ ਹੈਗਾ ਉਹ ਪੇਸ਼ੈਂਟ ਚੱਲਣ ਨਾਲ ਵੱਧਦਾ ਹੈਗਾ ਅਤੇ ਬੈਠਣ ਦੇ ਨਾਲ, ਆਰਾਮ ਕਰਨ ਨਾਲ ਘੱਟ ਜਾਂਦਾ ਹੈਗਾ, ਐਸੀਡਿਟੀ ਦਾ ਇਹ ਗੱਲ ਹਾਲ ਨਹੀਂ ਹੈਗਾ। ਇਹਦੇ ਇਲਾਵਾ ਸੋਬਟੇਟ ਦੀ ਗੋਲੀ ਲੈਣ ਦੇ ਨਾਲ ਜੇ ਹਾਰਟ ਦਾ ਦਰਦ ਹੈਗਾ, ਐਨਜਾਈਨਾ ਹੈਗਾ, ਤਾਂ ਉਹਨੂੰ ਬੈਨੀਫਿਟ ਮਿਲੂਗਾ, ਅਤੇ ਐਸੀਡਿਟੀ ਦਾ ਹੈਗਾ ਉਹਨੂੰ ਕੋਈ ਫਾਇਦਾ ਨਹੀਂ ਹੋਊਗਾ ਉਹਦੇ ਨਾਲ। ਕਿਸ ਸਟੇਜ 'ਤੇ ਬੰਦੇ ਨੂੰ ਇਹ ਲੱਗੇ ਕਿ ਮਤਲਬ ਮੈਨੂੰ ਇਹਨਾਂ ਦੀ ਸਰਜਰੀਆਂ ਦੀ ਜਾਂ ਇਹਨਾਂ ਨੂੰ ਚੀਜ਼ਾਂ ਜਿਹੜੀਆਂ ਮੇਰੀਆਂ ਕੋਈ ਚੀਜ਼ ਬਲੋਕੇਜ ਵਗੈਰਾ ਜਿਹੜੀ ਖਿਲਾਉਣ ਦੀ, ਕਦੋਂ ਮਤਲਬ ਉਹਨੂੰ ਇਹਨਾਂ ਦੇ ਲਈ ਪ੍ਰੋਸੀਜਰਾਂ ਲਈ ਜਾਣ ਚਾਹੀਦਾ? ਜਿੱਥੇ ਕਿ ਪ੍ਰੋਸੀਜਰ ਜਾਣ ਵਾਲੀ ਗੱਲ ਹੈਗੀ, ਹਰੇਕ ਡਾਕਟਰ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈਗੀ, ਲੇਕਿਨ ਇੱਕ ਜਨਰਲ ਚੀਜ਼ ਜੋ ਹੈਗੀ, ਜੋ ਕਹਿੰਦੇ ਹੈਗੇ ਕਿ ਜਦੋਂ ਆਪਣਾ ਕਿਚਨ ਜਿਹੜਾ ਹੈਗਾ ਉਹ ਫੇਲ ਹੋ ਜੇ ਤੇ ਦਵਾਈਆਂ ਦੀ ਲੋੜ ਪੈਂਦੀ ਹੈਗੀ। ਜੋ ਮੇਰਾ ਪਰਸਨਲ ਵਿਊ ਹੈਗਾ ਕਿ ਸਭ ਤੋਂ ਪਹਿਲੇ ਜਦੋਂ ਇਹ ਬਿਮਾਰੀ ਹੁੰਦੀ ਹੈ ਜਾਂ ਕੋਈ ਵੀ ਬਿਮਾਰੀ, ਪਹਿਲੇ ਆਪਾਂ ਨੂੰ ਲਾਈਫ ਸਟਾਈਲ ਕਰਨੀ ਜਾਣਾ ਚਾਹੀਦਾ ਹੈਗਾ, ਉਹਦੇ ਬਾਅਦ ਆਪਾਂ ਨੂੰ ਮੈਡੀਸਨ ਕਰਨੀ ਜਾਣਾ ਚਾਹੀਦਾ, ਫਿਰ ਜਿਹੜੇ ਨਾਨ ਸਰਜੀਕਲ ਟ੍ਰੀਟਮੈਂਟਸ ਆ ਉਹਨਾਂ ਕਰਨੀ ਜਾਣਾ ਚਾਹੀਦਾ ਹੈਗਾ, ਅਤੇ ਸਰਜਰੀ ਜਾਂ ਸਟੈਂਟ ਇਹ ਲਾਸਟ ਆਪਸ਼ਨ ਹੋਣੇ ਚਾਹੀਦੇ ਹੈਗੇ, ਜਾਂ ਜਿੱਥੇ ਐਮਰਜੈਂਸੀ ਹੋਵੇ ਉੱਥੇ ਯੂਜ਼ ਹੋਣ, ਜਾਂ ਇਹ ਲਾਸਟ ਆਪਸ਼ਨ ਹੋਣ ਜਿੱਥੇ ਹੋਰ ਕੋਈ ਚੀਜ਼ ਚਾਰਾ ਜਿਹੜਾ ਨਾ ਹੋਵੇ, ਜਿੱਥੇ ਨਾਨ ਇਨਵੇਸਿਵ ਨਾਨ ਸਰਜੀਕਲ ਟ੍ਰੀਟਮੈਂਟ ਨਾ ਪੋਸੀਬਲ ਹੋਣ, ਉੱਥੇ ਉਹ ਕੀਤੇ ਜਾਣੇ ਚਾਹੀਦੇ ਆ। ਬਸ ਅੱਜ ਕੱਲ੍ਹ ਦੇਖਿਆ ਗਿਆ ਕਿ ਜਿਹੜਾ ਇੱਕ ਆਮ ਰੋਜ਼ਮਰਾ ਦੀ ਜ਼ਿੰਦਗੀ ਬੰਦਾ ਬਿਜ਼ਨਸ ਵਾਲਾ ਜਾਂ ਕੋਈ ਹੋਰ ਆਪਣੇ ਬਾਹਰੋਂ ਟੂਰਾਂ ਤੋਂ ਆਉਂਦਾ ਔਰ ਉਹ ਆ ਕਰ ਲੇਟ ਖਾਣਾ ਖਾਂਦਾ, ਲੇਟ ਖਾਣਾ ਖਾਣ ਤੋਂ ਬਾਅਦ ਦੁੱਧ ਵੀ ਪੀਂਦਾ ਔਰ ਫਿਰ ਉਹ ਸੋਚਦਾ ਵੀ ਨਹੀਂ ਨਹੀਂ ਡਾਕਟਰਾਂ ਨੇ ਤਾਂ ਕਿਹਾ ਹੋਇਆ ਵੀ ਰੋਟੀ ਖਾਣ ਤੋਂ ਬਾਅਦ ਚੱਲਣਾ ਨਹੀਂ ਹੈ, ਇਹ ਨਹੀਂ ਕਰਨਾ, ਸੈਰ ਨਹੀਂ ਕਰਨੀ, ਕੀ ਤੁਹਾਡੀ ਸੁਜੈਸ਼ਨ ਆ ਕਿ ਅਗਰ ਜਿਹੜੇ ਲੋਕਾਂ ਦੀ ਦਿਨ ਚਾਰਿਆ ਇਹੋ ਜਿਹਾ ਹੁੰਦਾ ਕਿ ਉਹਨਾਂ ਨੂੰ ਰਾਤ ਨੂੰ ਲੇਟ ਖਾਣਾ ਖਾਣਾ ਪੈਂਦਾ, ਕੀ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲ ਸਕਦੇ ਆਪਣੀ ਥੋੜ੍ਹੀ ਬਹੁਤ ਸੈਰ ਕਰ ਸਕਦੇ, ਕੀ ਉਹਦੇ ਬਾਰੇ? ਮੈਂ ਦੋ ਹਿੱਸਿਆਂ 'ਚ ਇਹਦਾ ਜਵਾਬ ਦੇਵਾਂਗਾ। ਪਹਿਲੀ ਗੱਲ ਤਾਂ ਆਪਾਂ ਕਹਿ ਰਹੇ ਹੈਗੇ ਕਿ ਲਾਈਫ ਸਟਾਈਲ ਖਰਾਬ ਹੈਗਾ ਤੇ ਇਹਨੂੰ ਠੀਕ ਨਹੀਂ ਕਰਨਾ ਚਾਹੁੰਦੇ। ਨੰਬਰ 1, ਲਾਈਫ ਸਟਾਈਲ ਠੀਕ ਕਰੋ, ਬਾਕੀ ਚੀਜ਼ਾਂ ਬਾਅਦ ਵਿੱਚ ਹੈਗੀਆਂ। ਜੇ ਆਪਾਂ ਪੈਸਾ ਕਮਾ ਕੇ ਸਿਹਤ ਖਰਾਬ ਕਰਨੀ ਹੈਗੀ ਤੇ ਸਿਹਤ ਖਰਾਬ ਕਰਨ ਦੇ ਬਾਅਦ ਆਪਾਂ ਉਹੀ ਪੈਸਾ ਸਿਹਤ ਠੀਕ ਕਰਨ ਲਈ ਖਰਚਣਾ ਹੈਗਾ ਤੇ ਕੋਈ ਜ਼ਿਆਦਾ ਅਕਲਮੰਦੀ ਵਾਲੀ ਗੱਲ ਨਹੀਂ ਹੈਗੀ। ਇਸ ਕਰਕੇ ਲਾਈਫ ਸਟਾਈਲ ਠੀਕ ਕਰਨ ਦਾ, ਠੀਕ ਟਾਈਮ 'ਤੇ ਖਾਣਾ ਖਾਣ ਦਾ, ਐਕਸਰਸਾਈਜ਼ ਕਰਨ ਦਾ, ਠੀਕ ਟਾਈਮ 'ਤੇ ਸੌਣ ਦਾ, ਠੀਕ ਟਾਈਮ 'ਤੇ ਉੱਠਣ ਦਾ, ਇਹਦਾ ਕੋਈ ਹੱਲ ਨਹੀਂ ਹੈਗਾ, ਬੈਸਟ ਇਹੀ ਹੈਗਾ। ਅਤੇ ਜੇ ਆਪਾਂ ਕਹੀਏ ਕਿ ਇਹਦੀ ਜਗ੍ਹਾ 'ਤੇ ਆਪਾਂ ਕੁਛ ਹੋਰ ਕਰ ਲਾਂਗੇ, ਉਹ ਇਹਦੇ ਬਰਾਬਰ ਹੀ ਨਹੀਂ ਕਰ ਸਕਦਾ। ਦੂਜਾ, ਜਿੱਥੇ ਚੱਲਣ ਦਾ ਤਾਲੁਕ ਹੈਗਾ, ਜਦੋਂ ਆਪਾਂ ਖਾਣਾ ਖਾਂਦੇ ਹਾਂ
ਤੇ ਜਿਹੜਾ ਖਾਣਾ ਖਾਣ ਦੇ ਲਈ ਬਲੱਡ ਚਾਹੀਦਾ ਹੈਗਾ ਪੇਟ ਨੂੰ ਇੰਟੈਸਟਾਈਨ ਨੂੰ ਜ਼ਿਆਦਾ ਜਾਣਾ ਸ਼ੁਰੂ ਹੋ ਜਾਂਦਾ ਹੈਗਾ ਜਦੋਂ ਉਧਰ ਜ਼ਿਆਦਾ ਜਾਂਦਾ ਹੈਗਾ ਤੇ ਹਾਰਟ ਨੂੰ ਤੇ ਬ੍ਰੇਨ ਨੂੰ ਤੇ ਬਾਕੀ ਜਗ੍ਹਾ ਤੇ ਉਹ ਘਟ ਜਾਂਦਾ ਹੈਗਾ ਇਹੀ ਕਾਰਨ ਹੈਗਾ ਕਿ ਖਾਣਾ ਖਾਣ ਦੇ ਬਾਅਦ ਆਪਾਂ ਨੂੰ ਨੀਂਦ ਜ਼ਿਆਦਾ ਆਉਂਦੀ ਹੈਗੀ ਕਿਉਂਕਿ ਬ੍ਰੇਨ ਨੂੰ ਘਟ ਗਿਆ ਇਹੀ ਕਾਰਨ ਹੈਗਾ ਕਿ ਖਾਣਾ ਖਾਣ ਦੇ ਬਾਅਦ ਹਾਰਟ ਦੇ ਪੇਸ਼ੈਂਟ ਨੂੰ ਇੰਜਾਈਨਾ ਹੋਣ ਦਾ ਜ਼ਿਆਦਾ ਚਾਂਸ ਆ ਅਤੇ ਇਹੀ ਕਾਰਨ ਹੈਗਾ ਕਿ ਅਸੀਂ ਪੇਸ਼ੈਂਟ ਨੂੰ ਐਡਵਾਈਜ਼ ਕਰਦੇ ਹਾਂ ਕਿ ਖਾਣਾ ਖਾਣ ਦੇ ਬਾਅਦ ਇੱਕ ਦੋ ਘੰਟੇ ਸੈਰ ਨਾ ਕੀਤੀ ਜਾਏ ਤੇ ਇਟ ਮੀਨਸ ਕਿ ਸੈਰ ਬੰਦੇ ਨੂੰ ਅਵਾਇਡ ਕਰਨੀ ਚਾਹੀਦੀ ਆ ਔਰ ਹਲਕਾ ਟਹਿਲ ਸਕਦਾ ਤਾਂ ਟਹਿਲ ਜੇ ਜਾਂ ਕੋਈ ਆਸਨ ਵਗੈਰਾ ਲਗਾ ਲਾ ਜਾਵੇ ਤੇ ਨਹੀਂ ਅਵਾਇਡ ਨਹੀਂ ਕਰਨੀ ਇਹ ਹੈ ਕਿ ਖਾਣਾ ਖਾਣ ਦੇ ਬੀਚ ਦੇ ਬਾਅਦ ਨਹੀਂ ਕਰਨੀ